ਤਾਹਰ ਭਾਈ ਅੱਜ ਅਸੀਂ ਤੁਹਾਨੂੰ ਬਬਲ ਐਂਡ ਸਕੁਈਕ ਖਿਲਾ ਰਹੇ ਹਾਂ। ਬਬਲ ਐਂਡ ਸਕੁਈਕ ਸਕੁਈਕ ਬਬਲ ਐਂਡ ਸਕੀਕ ਸਕੁਈਕ ਸਕੁਈਕ ਬਬਲ ਐਂਡ ਸਵੀਕ ਸਕੁਈਕ ਸਵੀਕ ਸਕੁਈਕ ਸਵੀਕ ਸਕੁਈਕ ਬਬਲ ਐਂਡ ਸਵੀਕ बबल एंड स्क्वीक बबल एंड स्वीक स्क्वीक स्वीकी जो मर्जी कही जाए सानू की ये भावे अंग्रेजी सानू तुसी छेड़ दे योगो ਕਹਿੰਦੀ ਕਿ ਉਹ ਬਬਲ ਤੇ ਯਾਰ ਉਹਨੂੰ ਕਹਿੰਦੇ ਆ ਚਿੰਗਮ ਨੂੰ ਸਾਡੇ ਇੱਥੇ ਕਹਿੰਦੇ ਆ ਬਬਲ। ਇਹ ਤੁਸੀਂ ਬਬਲ ਐਂਡ ਸਕੁਈਕ ਮੈਨੂੰ ਖਵਾਉਣੀ ਕਿ ਮੈਨੂੰ ਦਿਖਾਉਣੀ? ਇਹ ਤਾਂ ਇੰਝ ਲੱਗਦਾ ਜਿਵੇਂ ਕਾਰਟੂਨ ਵਾਲਾ ਕੰਮ ਹੈਗਾ, ਜੈਲੀ ਜੁਲੀ ਕੋਈ ਹੈਗੀ। ਨਾਮ ਹੀ ਐਸੇ ਐਸੇ ਦੱਸ ਦਿਓ ਜਿਹੜੇ ਸਾਡੇ ਨਾ ਮਜ਼ਾਕ ਗੱਲ ਪੈ ਜੀ ਕਿ ਯਾਰ ਕੀ ਨਾਂ ਰੱਖ ਦਿੰਦੇ ਨੇ। अच्छा जी हैगा जी बबल एंड स्क्वीक स्क्वीक। यार मैं बबल दा सुनया ही इहदे ते अंडा आ गया फ्राई, अबे थल्ले की है दे। राणा साहब असीं तुहानूं संडे रोस्ट खवाया सी ना? हाँ जी खवाया सी। राणा साहब ये जिहड़ी बबल एंड स्क्वीक है ना, ये ज्यादातर जिहड़ी संडे रोस्ट चो सब्जियां बच जांदियां ना, जिवें आलू सी उहदे चे गाजरां सी उहनां नूं अगले दिन बचियां होईयां सब्जियां तों इह टिक्की जी बना ली जांदी आ। अच्छा ते ओ हां ए बबल एंड स्वीट स्क्वीक स्क्वीक बबल एंड स्क्वीक ये गाइस ना बबल एंड स्वीट ये तो सूरजमुखी का फूल लग रहा है मैं माशाल्लाह बेच जल्दी नाल आंदा नाल से टिक्की बनाई हुई है। ये तो उत्ते ते है अंडा ते थल्ले भी मनु ते अंडा ही लगदा बबल किथे ने जी? ਤਾਹਰ ਬਈ ਦਰਅਸਲ ਇਹਨੂੰ ਜਦੋਂ ਬਣਾਉਣ ਲੱਗੀ ਦਾ ਇਹਨੂੰ ਤਲੀ ਦਾ ਨਾ ਤੇ ਇਹਦੇ 'ਚ ਬੁਲਬਲੇ ਬਣਦੇ ਛੋਟੇ ਛੋਟੇ ਤੇ ਨਾਲ ਉਹਨੂੰ ਬਬਲ ਕਿਹਾ ਜਾਂਦਾ ਇੰਗਲਿਸ਼ 'ਚ ਤੇ ਉਹ ਨਾਲ ਜੋ ਘਿਓ ਦੀ ਆਵਾਜ਼ ਹੈ ਨਾ ਜੀ ਸੜਨ ਦੀ ਉਹਨੂੰ ਜਿਹੜੀ ਉਸ ਕਹਿੰਦੇ ਚੀਖਾਂ ਦੀ ਆਵਾਜ਼ ਉਹਨੂੰ ਸਕੁਈਕ ਕਿਹਾ ਜਾਂਦਾ। ਖਾ ਕੇ ਤਾਂ ਨਹੀਂ ਬੰਦਾ ਇੰਜ ਕਰੇਗਾ? ਇਹ ਤਾਂ ਹੁਣ ਤੁਸੀਂ ਖਾ ਕੇ ਦੱਸੋਗੇ। ਇਹਦਾ ਮਤਲਬ ਹੈ ਕਿ ਕੋਈ ਵੀ ਚੀਜ਼ ਉਹ ਜ਼ਾਇਆ ਨਹੀਂ ਕਰਦੇ। ਦੇਖੋ ਯਾਰ ਕਿੰਨੇ ਉਹ ਇੰਟੈਲੀਜੈਂਟ ਲੋਕ ਹੈਗੇ ਨੇ, ਅੱਛੇ ਦਿਮਾਗ ਦੇ ਮਾਲਕ ਨੇ, ਯਾਨੀ ਕਿ ਉਹ ਚੀਜ਼ਾਂ ਨੂੰ ਜ਼ਾਇਆ ਨਹੀਂ ਕਰਦੇ, ਵੇਸਟ ਨਹੀਂ ਕਰਦੇ, ਯਾਨੀ ਕਿ ਉਹ ਇਕੱਠੀਆਂ ਕਰਕੇ ਉਹ ਟਿੱਕੀ ਜੀ ਬਣਾ ਲੈਂਦੇ ਆ। ਬਾਤ ਯਾਰ ਨਾ ਵੀ ਇਹਨਾਂ ਨੇ ਕੀ ਸੋਚ ਕੇ ਰੱਖ ਲੈਂਦੇ ਨੇ ਕਿ ਬੰਦਾ ਪਰੇਸ਼ਾਨ ਇੱਕ ਹੋਰ ਹੋ ਜਾਂਦਾ ਕਿ ਯਾਰ ਪਤਾ ਨਹੀਂ ਕਿਹੜੀ ਸ਼ੈ ਹੋਈ ਜਿਹਦਾ ਨਾਂ ਡੌਕ ਹੈ ਅਤੇ ਉਹ ਖਾਣ ਵਾਸਤੇ ਕਿਹੋ ਜਿਹੀ ਹੋਣੀ। ਉਹਦਾ ਜਿਹੜਾ ਬਚਿਆ ਖੁਚਿਆ ਮਟੀਰੀਅਲ ਹੁੰਦਾ ਫਿਰ ਦੂਸਰੇ ਦੇ ਇਹ ਡਿਸ਼ ਬਣਾਉਂਦੇ ਨੇ ਜੀ। ਕਿਆ ਬਾਤਾਂ ਨੇ, ਬੜੀ ਪਿਆਰੀ। ਇੰਜ ਲੱਗਦਾ ਸਮੁੰਦਰ ਦੇ ਵਿੱਚ ਕੋਈ ਜਜ਼ੀਰਾ ਨੁਮਾ ਚੀਜ਼ ਹੈ, ਸਾਈਡਾਂ ਦੇ ਉੱਤੇ ਦੇਖੋ ਨਾ ਸਮੁੰਦਰ ਦੇ ਵਿਚਕਾਰ ਉਹ ਜਗ੍ਹਾ ਹੈ ਅਤੇ ਇਹ ਜਿਹੜੀਆਂ ਕਿਸ਼ਤੀਆਂ ਚੱਲਣ ਡਈਆਂ ਨੇ ਅਤੇ ਇਹ ਕੁਛ ਲੋਕ ਇੱਥੇ ਹਰਿਆਲੀ ਵੀ ਹੈ ਥੋੜ੍ਹੀ ਜਿਹੀ। ਵਧੀਆ, ਬੜੀ ਮੈਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਲੋਕ ਨਾ ਜਿਹੜਾ ਬਚਿਆ ਖਾਣਾ ਜ਼ਾਇਆ ਨਹੀਂ ਕਰਦੇ, ਕਿਉਂਕਿ ਬੜੀ ਗੱਲ ਯਾਰ ਮੈਂ ਇਸ ਤੋਂ ਬੜਾ ਖੁਸ਼ ਹਾਂ। ਮੈਂ ਤਾਂ ਸਮਝਦਾ ਸੀ ਬਚਿਆ ਖਾਣਾ ਜ਼ਾਇਆ ਹੋ ਜਾਂਦਾ ਸੁੱਟ ਦਿੰਦੇ ਹੋ, ਲੇਕਿੰਨੀ ਦੁਨੀਆ ਵੈਸੇ ਇਸ ਖਾਣੇ ਵਾਸਤੇ ਤਰਸਦੀ ਪਈ ਹੈ। ਇਹ ਬੜੀ ਖੁਸ਼ੀ ਹੈ ਅਤੇ ਤੁਸੀਂ ਖਾਣਾ ਨਹੀਂ ਕੋਈ ਜ਼ਾਇਆ ਹੋਣ ਦਿੰਦੇ, ਉਹਦੀ ਵੀ ਇੱਕ ਨਵੀਂ ਡਿਸ਼ ਬਣ ਜਾਂਦੀ ਹੈ। ਵੇਖਣ ਨੂੰ ਉਹ ਨਹੀਂ ਹੁੰਦੀ ਮਕਾਈ ਦੀ ਰੋਟੀ, ਉਹ ਵੀ ਜਦੋਂ ਕਦੇ ਮਕਾਈ ਦੀ ਰੋਟੀ ਹੁੰਦੀ ਅਤੇ ਉੱਤੇ ਜਿਹੜਾ ਘਿਓ ਜਾਂ ਦੇਸੀ ਪਾਇਆ ਅਤੇ ਉੱਤੇ ਮੱਖਣ ਜਿਹਾ ਰੱਖਿਆ ਹੋਵੇ, ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮਿੱਠਾ ਟਿਕੜਾ ਨਹੀਂ ਬਣਾਉਂਦੇ ਅਸੀਂ, ਛੋਟੇ ਛੋਟੇ ਟਿਕੜੇ ਬਣਾਉਂਦੇ ਹਾਂ ਮਕਈ ਦੇ ਜੁਆਰ ਦੇ ਬਾਜਰੇ ਦੇ, ਅਸੀਂ ਇਹ ਅਕਸਰ ਸਾਡੇ ਕੋਲ ਅਨਾਜ ਚੱਲਦਾ। ਇਹ ਕੜਛਾ ਤੁਸੀਂ ਫੜਨਾ ਹੈ, ਦਵਿੰਜ ਖੋਬ ਲਓ ਅਤੇ ਸਾਈਡ ਤੋਂ ਇਹ ਕੱਟ ਲਓ ਅਤੇ ਮੁੜ ਕੇ ਜਿਹੜਾ ਨਾ ਤੁਸੀਂ ਇਹਨੂੰ ਇੰਜ ਵਿੱਚ ਹੀ ਪਲੇਟ ਦੇ ਰੱਖਣਾ, ਇੰਜ ਕਰਕੇ ਕਿਸੇ ਨੂੰ ਮਾਰ ਨਾ ਦੇਣਾ। ਰਾਣਾ ਸਾਹਿਬ ਇਹ ਵੀ ਉਹ ਜ਼ਿਆਦਾਤਰ ਲੋਕ ਨਾਸ਼ਤੇ 'ਚ ਜਾਂ ਅਗਰ ਨਾਸ਼ਤੇ ਅਗਰ ਲੇਟ ਉੱਠਣ ਅਤੇ ਨਾਸ਼ਤੇ ਅਤੇ ਦੁਪਹਿਰ ਦਾ ਜਾਂ ਖਾਣਾ ਇਕੱਠਾ ਹੁੰਦਾ ਨਾ, ਜੇ ਲੇਟ ਨਾਸ਼ਤਾ ਕਰੋ ਉਹਨੂੰ ਬ੍ਰੰਚ ਕਿਹਾ ਜਾਂਦਾ, ਨਾਸ਼ਤੇ 'ਚ ਵੀ ਖਾਧਾ ਜਾਂਦਾ ਅਤੇ ਬ੍ਰੰਚ ਦੇ ਤੌਰ 'ਤੇ ਵੀ ਉਹਨੂੰ ਖਾਧਾ ਜਾਂਦਾ। ਅੱਛਾ, ਜਿਹੜਾ ਲੇਟ ਉੱਠੇ ਉਹਨੂੰ ਉਹ ਖਾਵੇ ਅਤੇ ਉਹਨੂੰ ਨਾਸ਼ਤਾ ਨਹੀਂ ਕਹਿੰਦੇ ਜੀ, ਉਹਨੂੰ ਬ੍ਰੰਚ ਕਹਿੰਦੇ ਆ ਜੀ? ਲੇਟ ਪਹਿਲੀ ਦਫ਼ਾ ਸੁਣਿਆ ਯਾਰ। ਯਾਨੀ ਨਾਸ਼ਤੇ 'ਚ ਅਤੇ ਦੁਪਹਿਰ ਦੇ ਖਾਣੇ ਦੇ ਦਰਮਿਆਨ ਦੇ ਟਾਈਮ ਜਿਹੜਾ ਚੀਜ਼ ਖਾਧੀ ਜਾਂਦੀ ਉਹਨੂੰ ਬ੍ਰੰਚ ਕਿਹਾ ਜਾਂਦਾ। ਬਿਸਮਿਲ੍ਲਾ ਰਹਿਮਾਨ ਰਹਿਮ, ਤੁਸੀਂ ਖਾਓਗੇ? ਤੁਸੀਂ ਤਾਂ ਖਾਓਗੇ ਹੀ ਨਹੀਂ।
बड़ी मजेदार है, बड़े हल्का जहा स्पाइसी भी है, तो नमक भी ये पूरा है, तो मिर्चा तो मेरे ख्याल हल्किया जी कालिया पाइया होनी, तो जायका आया, तो अंडे का वधिया जायका आया, तो यह टिक्की का भी इंज लगा जिम्मे आलू वाली टिक्की खाण डे हैं। मेरी बड़ा मजा आ रहा जी, थले सब्जियां जो बचिया है उन्होंने का बड़ा मजा आ रहा है। आलू का पता है जनाब, अक्सर असी आलू की शामी टिक्की तैयार करने, शामी टिक्की जो बनया है या जिम्मे आलू कबाब, असी आलू का कबाब भी बनाने ना तवे च रख के बड़ा सोक कर करके टिक्की बना के कहने जी आलू कबाब है। लो जी गा बड़ा वैसे छोटा जहा खाना है पर मजा बड़ा ज्यादा, यकीन करो कि मन ते बड़ा मजा आया जी। तो यही समझो कि तुसी जिस तरह वो नहीं हुंदा सूरजमुखी का फुल, वो ही समझो तुसी खा रहे हो। लगता पराठे तरह है टिक्की है, बड़ा मजा आ रहा खाने का, तो फ्राई भी बने अंडा जी। वाह अमूमन जी डिश बन जाए ना बाद अगर खाने तो जायका नहीं रहा, तो बचे खाने भी एक डिश जी बनी ना तो असल खाने का भी वादा का मजा आ रहा। क्या यार जायका पाते जी, वाह जी वाह क्या बात है, तो बड़ा सुखेदार बड़ा नमकीन टाइम करारा टाइम बनया है जनाब। ये अंडा तो बिच ताजा ही लगता है जी, अंडा तो जरा संडे रोस्ट का तो नहीं बचा लगता। नहीं अंडा ताजा ही है, ताजा ही है। बहुत ही स्वाद बन गया यार, बहुत ही मजा चीज होगी, तो हर बंदा शौक ना खाएगा, ऐसी डिश बन गई है बबल एंड स्क्वीक। ये अंडा तो बिच ताजा ही लगता है जी, अंडा तो जरा संडे रोस्ट का तो नहीं बचा लगता। नहीं भाई अंडा ताजा ही है, ताजा ही है। यार साड़ी तरह चस्कोले बंदे ने किसी ने बनाई ही लगता, असीं भी बड़े चस्कोले हैं, तो वह भी बड़ा चस्कोला होएगा शेफ जिन्हें बनाई है। तो जी अंडा तो कभी खाता ही है, लेकिन थले भी टिक्की है ना, पहली दफा यह जायका देखे कि मजे आ रहे हैं खाने। तहजीब न खाना खाना हो कि तुहाड़े हाथ ना गंदे होते, फिर तुसी कड़छे का इस्तेमाल कर सकते हो। बाकी मेरा मशवरा है कि दिलवा खाना बचा कभी ना जाया करो, बैनर लिख के ला देने चाहिए ने कंधा के उत्ते दीवार के उत्ते, खाना बचे की कदर करो, ओ भी एक नवी डिश बनाओ, हजारा लोग बेरोजगार जो भुखे ने रज सकते हैं, वो जिन्ना खाना जाया होंगे तो तुम जाया होने तो बचाओ, तो यह जी नवी नवी डिशा बनाओ ना खाने दियाँ, जिमें बन गई बबल एंड स्क्वीक, तो होर तुम चीज़ा मजीद अच्छी अच्छी बना के वोदियाँ सानू दसो। मैं तो यही कहांगा कि तुसी भी चैनल नू सबसक्राइब करके ते तो बैल बजाओ टीन, ते उस तो बाद फिर जाके तुसी भी आज ले आके बचिया हुई जिहड़ियां तुहाडे घर सब्जियां पईयां होन उन्हां दा तुसी भी आ कड़िचू बना ही लवो। ठीक हो गया जी, मैनू सैड ते होके निबड़ना है।